ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ ਯਾਰ? ਅੱਜ ਤੁਹਾਡੇ ਲਈ ਟਰੈਕਟਰ ਲਵਰਸ ਲਈ ਤਵੀਆਂ ਦਾ ਸ਼ੂਟ ਲੈ ਕੇ ਆਏ ਹਾਂ ਕਿ ਤਵੀਆਂ ਸੁਹਾਗੇ ਟਰੈਕਟਰ ਦੇ ਸਾਰੇ ਸੰਦ ਕਿੱਥੇ ਬੰਦੇ ਆ ਪਰ ਬਣਾਉਂਦੇ। ਦੇਖੋ ਜੀ, ਮੇਰੀ ਬੈਕ ਸਾਈਡ 'ਤੇ ਦੇਖੋ, ਦੋ ਭੈਣਾਂ ਆਪਣੇ ਪਿਓ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਨੇ ਅਤੇ ਲਾਜਵਾਬ ਕੰਮ ਕਰ ਰਹੀਆਂ ਨੇ ਯਾਰ। ਪੁੱਤਰ ਦੀ ਕਮੀ ਮਹਿਸੂਸ ਨਹੀਂ ਹੋਣ ਦੇ ਰਹੀਆਂ। ਇਹਨਾਂ ਉਮਰਾਂ ਦੇ ਵਿੱਚ ਰੀਲਾਂ ਪਾਉਣ ਦੇ ਸ਼ੌਂਕ ਵੀ ਸੀਗੇ, ਬਟ ਆਪਣੇ ਕੰਮ ਨੂੰ ਆਪਣਾ ਸ਼ੌਂਕ ਬਣਾ ਕੇ ਅੱਜ ਕੰਮ ਦੀਆਂ ਰੀਲਾਂ ਪਾਈਆਂ ਜਾ ਰਹੀਆਂ ਨੇ ਇੰਸਟਾਗ੍ਰਾਮ 'ਤੇ, ਅਤੇ ਸਾਰੀਆਂ ਗੱਲਾਂ ਕਰਦੇ ਹਾਂ, ਮਿਲਦੇ ਹਾਂ ਅੰਦਰ ਜਾ ਕੇ ਅੰਕਲ ਨੂੰ ਵੀ, ਅਤੇ ਕਰਦੇ ਹਾਂ ਆਪਣੀਆਂ ਭੈਣਾਂ ਨਾਲ ਵੀ ਗੱਲਬਾਤ ਕੀ ਕੰਮ ਕਰ ਰਹੀਆਂ ਨੇ, ਕਿੱਦਾਂ ਆਪਣੇ ਫਾਦਰ ਨਾਲ ਹੱਥ ਵਟਾ ਰਹੀਆਂ ਨੇ, ਅਤੇ ਆਈਏ ਚੱਲੀਏ, ਚੱਲਦੇ ਹਾਂ, ਕਰਦੇ ਹਾਂ ਗੱਲ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਭੈਣ, ਕੀ ਹਾਲ ਹੈ? ਅਤੇ ਇੱਕ ਭੈਣ ਪਿੱਛੇ ਬਿਜ਼ੀ ਆ, ਆਪਾਂ ਉਹਨਾਂ ਨੂੰ ਵੀ ਬਾਅਦ 'ਚ ਡਿਸਟਰਬ ਕਰਦੇ ਹਾਂ। ਅਤੇ ਆਹ ਦੇਖੋ, ਕੰਟੀਨਿਊਸਲੀ ਆਪਣੇ ਹੱਥਾਂ ਨਾਲ ਇੱਥੇ ਸਾਰਾ ਕੰਮ ਕੀਤਾ ਜਾਂਦਾ, ਲੋਹੇ ਚੱਕੇ ਜਾਂਦੇ ਆ, ਥੋੜੇ ਮਾਰੇ ਜਾਂਦੇ ਆ, ਵੈਲਡਿੰਗ ਕੀਤੀ ਜਾਂਦੀ ਹੈ, ਸਾਰੇ ਕੰਮ ਖੁਦ ਆਪ ਆਪਣੇ ਹੱਥਾਂ ਨਾਲ ਕੀਤਾ ਜਾਂਦਾ। ਅੰਕਲ ਜੀ, ਪਹਿਲੇ ਤਾਂ ਤੁਹਾਨੂੰ ਸਲਿਊਟ ਹੈ, ਜਿਹੜੀ ਤੁਸੀਂ ਇੱਦਾਂ ਦੀ ਸਿੱਖਿਆ ਦਿੱਤੀ ਅਤੇ ਇੰਨਾ ਕੰਮ ਸਿਖਾਇਆ, ਮਜ਼ਾ ਆ ਗਿਆ ਕੰਮ ਦੇਖ ਕੇ ਕਿ ਵਾਕਈ ਕਿ ਮੈਂ ਇਹ ਕਹਿ ਸਕਦਾ ਕਿ ਜੋ ਮੈਂ ਕੰਮ ਦੇਖਿਆ, ਪਹਿਲੇ ਇੱਕ ਘੰਟਾ ਮੈਂ ਇੱਥੇ ਵੇਟ ਕੀਤੀ ਹੈ, ਸਾਰਾ ਕੰਮ ਸਟੱਡੀ ਕੀਤਾ ਕਿ ਜੋ ਕੰਮ ਆਪਣੇ ਹੱਥੀਂ ਭੈਣਾਂ ਕਰ ਰਹੀਆਂ ਨੇ ਨਾ, ਇੱਕ ਵਧੀਆ ਤੋਂ ਵਧੀਆ ਕਾਰੀਗਰ ਜਿਹਨੂੰ ਬਹੁਤ ਐਕਸਪੀਰੀਅੰਸ ਹੋਏਗਾ, ਉਹ ਇੱਦਾਂ ਦਾ ਕੰਮ ਕਰਦਾ ਹੋਏਗਾ ਜਿਹੜਾ ਮੈਂ ਦੇਖਿਆ ਭੈਣਾਂ ਨੂੰ ਕਰਦੇ ਹੋਏ। ਮਤਲਬ ਵੈਲਡਿੰਗ ਇੰਨੇ ਵਧੀਆ ਤਰੀਕੇ ਨਾਲ, ਲੋਹਾ ਇੱਥੋਂ ਚੱਕਿਆ ਜਾ ਰਿਹਾ, ਚੇਨ ਕੁੱਪੀ ਪਾਈ ਹੈ ਉੱਪਰ, ਤੁਸੀਂ ਦੇਖ ਸਕਦੇ ਹੋ, ਚੇਨ ਕੁੱਪੀ ਦੇ ਨਾਲ ਆਪ ਇੱਥੋਂ ਲੋਹਾ ਇਸ ਜਗ੍ਹਾ ਤੋਂ ਪਿੱਛੇ ਤੱਕ ਸ਼ਿਫਟ ਕੀਤਾ ਜਾ ਰਿਹਾ, ਸਾਰਾ ਇਹਨਾਂ ਦੇ ਹੱਥੀਂ। ਚੇਨ ਕੁੱਪੀ ਤੋਂ ਇਲਾਵਾ ਹੱਥਾਂ ਨਾਲ ਚੱਕ ਕੇ ਵੀ ਪਿੱਛੇ ਅੱਗੇ ਲਿਜਾਇਆ ਜਾ ਰਿਹਾ ਲੋਹਾ, ਮਤਲਬ ਮਜ਼ਾ ਆ ਗਿਆ ਦੇਖ ਕੇ ਸਾਰਾ ਕੰਮ ਕਰਦੇ ਹਾਂ। ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ ਕਰਾਂਗਾ ਆਪਣੀ ਭੈਣ ਨੂੰ, ਭੈਣ ਮੈਂ ਤੁਹਾਡੇ ਹੱਥ ਦੇਖ ਸਕਦਾ? ਅਤੇ ਇਹ ਦੇਖੋ ਜੀ, ਕਲੋਜ਼ ਅਪ ਤੁਹਾਨੂੰ ਮੈਂ ਦਿੰਦਾ ਥੋੜ੍ਹਾ ਜਿਹਾ, ਇਹ ਦੇਖੋ ਜੀ, ਇਹ ਉਹ ਹੱਥ ਨੇ ਜਿਹੜੇ ਆਪਣੇ ਹੱਥੀਂ ਮਿਹਨਤਾਂ ਕਰਕੇ ਕੰਮ ਕਰਕੇ ਇਸ ਕੰਮ ਨੂੰ ਇਸਟੈਬਲਿਸ਼ ਕੀਤਾ ਗਿਆ, ਔਰ ਇਹ ਮਿਹਨਤਾਂ ਦਾ ਨਤੀਜਾ ਹੈ ਕਿ ਅੱਜ ਇੱਕ ਪਿੰਡ ਦੇ ਵਿੱਚ ਇਸ ਜਗ੍ਹਾ ਦਾ ਇੱਕ ਨਾਮ ਬਣਾ ਦਿੱਤਾ ਗਿਆ। ਤਵੀਆਂ ਦੇ ਵਿੱਚ, ਸੁਹਾਗਿਆਂ ਦੇ ਵਿੱਚ ਕੀ ਆਈਟਮਾਂ ਮਿਲਦੀਆਂ, ਪਹਿਲੇ ਇਹ ਦੱਸ ਦਿਓ ਥੋੜ੍ਹਾ ਜਿਹਾ ਜੀ। ਆਪਣੇ ਤਵੀਆਂ, ਕੜਾਹ, ਸੁਹਾਗੇ ਅਤੇ ਜਿੰਦਰੇ। ਹਾਂਜੀ, ਤਵੀਆਂ ਅਤੇ ਕੜਾਹ ਆਪਾਂ ਪ੍ਰੋਡਕਸ਼ਨ 'ਚ ਬਣਾਉਂਦੇ ਹਾਂ, ਅਤੇ ਜਿਹੜੇ ਬਾਕੀ ਜਿਹੜੀਆਂ ਦੋ ਤਿੰਨ ਚੀਜ਼ਾਂ ਹੈਗੀਆਂ ਉਹ ਜੇ ਕੋਈ ਔਡਰ ਦੇਵੇ ਤਾਂ ਔਡਰ ਦੇ। ਅਤੇ ਇਹ ਭੈਣ ਨੂੰ ਬਹੁਤ ਸ਼ੌਂਕ ਸੀ ਆਪਣਾ ਇੰਸਟਾ 'ਤੇ ਰੀਲ ਪਾਉਣ ਦਾ, ਇੰਸਟਾ ਤੋਂ ਰੀਲ ਬਣਾ ਕੇ ਬਹੁਤ ਸਾਰੇ ਫੋਲੋਵਰ ਵੀ ਨੇ, ਅਤੇ ਆਪਣੀ ਇੰਸਟਾਗ੍ਰਾਮ ਆਈ ਡੀ ਦੱਸ ਦਿਓ। ਬਰਾਊਨ ਕੁੜੀ ਵਨ, ਬਰਾਊਨ ਕੁੜੀ ਵਨ। ਅਤੇ ਉਸ ਤੋਂ ਬਾਅਦ ਆਪਣੀਆਂ ਰੀਲਾਂ ਪਾਉਂਦੇ ਪਾਉਂਦੇ ਅੱਜ ਸ਼ੌਂਕ ਇੰਨਾ ਕੁ ਵੱਧ ਚੁੱਕਿਆ ਕਿ ਅੱਜ ਕੰਮ ਦੀਆਂ ਰੀਲਾਂ ਪੈ ਰਹੀਆਂ। ਹਾਂਜੀ, ਕੰਮ ਦੀਆਂ ਲੋਕ ਪਸੰਦ ਹੀ ਇਵੇਂ ਕਰਦੇ ਆ ਵੀ ਕੰਮ ਕਰਦੀ ਨੂੰ ਮੈਨੂੰ ਦੇਖਣਾ ਪਸੰਦ ਕਰਦੇ ਆ ਉਹਨਾਂ ਨੂੰ। ਜੇ ਮੈਂ ਨੋਰਮਲ ਕੋਈ ਰੀਲ ਪਾ ਵੀ ਦਵਾਂ, ਮਤਲਬ ਉਹ ਕਹਿੰਦੇ ਨਹੀਂ ਸਾਨੂੰ ਤੂੰ ਵੈਲਡਿੰਗ ਕਰਦੀ ਵਧੀਆ ਲੱਗਦੀ, ਵਧੀਆ ਲੱਗਦੀ ਹੈ। ਅਤੇ ਇੱਦਾਂ ਹੀ ਕੰਮ ਕੰਟੀਨਿਊਸਲੀ ਚੱਲਦਾ ਜਾ ਰਿਹਾ। ਅੰਕਲ ਜੀ, ਥੋੜ੍ਹੀ ਜਿਹੀ ਗੱਲਬਾਤ ਅਸੀਂ ਤੁਹਾਡੇ ਨਾਲ ਵੀ ਕਰਾਂਗੇ ਕਿ ਅੰਕਲ ਕਦੀ ਵੀ ਮਹਿਸੂਸ ਨਹੀਂ ਹੋਣ ਦਿੱਤਾ ਕਿ ਮਤਲਬ ਪੁੱਤ ਬਣ ਕੇ ਖੜੀਆਂ ਕੁੜੀਆਂ, ਇਹ ਸਹੀ ਪ੍ਰੂਫ ਕੀਤਾ ਸਾਡੀਆਂ ਭੈਣਾਂ ਨੇ। ਨਹੀਂ ਨਹੀਂ, ਪੂਰਾ ਸਾਡਾ ਸਾਥ ਦਿੰਦੇ ਬੱਚੇ, ਪੂਰਾ ਸਾਥ ਦਿੱਤਾ। ਹਾਂਜੀ, ਮੇਰੇ ਖਿਆਲ ਵੀ ਜੇ ਹਜੇ ਲੜਕੇ ਦੀ ਡਿਮਾਂਡ ਹੁੰਦੀ ਹੈ ਕੁੜੀਆਂ ਦੀ, ਤਾਂ ਕੋਈ ਡਿਮਾਂਡ ਹੀ ਨਹੀਂ ਹੈਗੀ। ਕਿਆ ਬਾਤ ਹੈ, ਕੰਮ ਤੋਂ ਵੱਧ ਕਰਦੀਆਂ ਸਾਡੇ ਤੋਂ। ਕਿਆ ਬਾਤ ਹੈ, ਕਿਆ ਜੇ ਆਉਣਾ ਦੇ ਲਓ ਜੀ, ਅੱਠ ਵਜਦੇ ਅਸੀਂ 8 ਵਜੇ ਤਾਂ ਤਕਰੀਬਨ ਕੰਮ ਕਰਦੇ ਹਾਂ, 8 ਤੋਂ 8 ਕਰਦੇ ਹਾਂ, 8 ਤੋਂ 8 ਕਰਦੇ ਹਾਂ। ਅਤੇ ਆਓ ਆਪਾਂ ਥੋੜ੍ਹਾ ਜਿਹਾ ਅੱਗੇ ਕੰਟੀਨਿਊ ਕਰਦੇ ਹਾਂ, ਭੈਣ ਨਾਲ ਵੀ ਗੱਲਬਾਤ ਕਰਦੇ ਹਾਂ, ਭੈਣ ਜ਼ਿਆਦਾ ਬਿਜ਼ੀ ਹੈ, ਥੋੜ੍ਹਾ ਜਿਹਾ ਟਾਈਮ ਤੁਹਾਡਾ ਲਵਾਂਗੇ ਆਪਾਂ, ਤੁਸੀਂ ਕੰਮ ਕੰਟੀਨਿਊ ਰੱਖਿਓ, ਕੋਈ ਗੱਲ ਨਹੀਂ। ਅਤੇ ਮੈਂ ਗੱਲ ਕਰਨਾ ਚਾਹੁੰਦਾ ਕਿ ਤੁਹਾਨੂੰ ਕਿੰਨੀ ਦੇਰ ਹੋ ਗਈ ਹੈ ਅੰਕਲ ਦੇ ਨਾਲ ਹੱਥ ਵਟਾਉਂਦੇ ਆ? ਮੈਨੂੰ 1.5 ਸਾਲ ਹੋ ਗਿਆ ਕੰਮ ਕਰਦੇ। 1.5 ਸਾਲ ਤੁਹਾਨੂੰ ਹੋ ਗਿਆ, ਅਤੇ ਮੈਨੂੰ ਇੱਕ ਗੱਲ ਦੱਸੋ ਕਿ ਅੰਕਲ ਕੋਲੋਂ ਡਾਂਟ ਵੀ ਪਈ ਕਦੀ ਕੰਮ ਦੇ ਵਿੱਚ? ਪੈਂਦੀ ਆ ਜਦੋਂ ਕੰਮ ਗਲਤ ਕਰਦੇ ਆ ਤਾਂ। ਮਤਲਬ ਗਲਤ ਵੀ ਕਰਦੇ ਆ ਤੁਸੀਂ? ਹੁਣ ਗਲਤ ਕਰਦੇ ਕਰਦੇ ਹੁਣ ਪੱਕੇ ਹੋ ਗਏ ਸਹੀ ਕਰਨਾ? ਹਾਂਜੀ, ਹੁਣ ਤਾਂ ਕਰ ਲਈਦਾ ਆ, ਹੁਣ ਕਰ ਲੈਂਦੇ ਆ ਸਹੀ। ਅਤੇ ਇੱਥੋਂ ਦੀ ਹੁਣ ਆਪਾਂ ਸਿੱਧਾ ਚੱਲਦੇ ਹਾਂ ਤਵੀਆਂ ਵਾਲੇ ਪਾਸੇ, ਅਤੇ ਅੱਜ ਅੰਕਲ ਨੂੰ ਤਾਂ ਸਾਰੀ ਇਨਫੋਰਮੇਸ਼ਨ ਹੋਊਗੀ, ਪਰ ਅਸੀਂ ਅੱਜ ਥੋੜ੍ਹੀ ਜਿਹੀਆਂ ਗੱਲਾਂ ਬਾਤਾਂ ਭੈਣਾਂ ਨਾਲ ਹੀ ਕਰਾਂਗੇ ਤਵੀਆਂ ਕੋਲ ਚੱਲ ਕੇ, ਕਿ ਤਵੀਆਂ ਕਿਹੜੀਆਂ ਕਿਹੜੀਆਂ ਬਣਾਈਆਂ ਜਾ ਰਹੀਆਂ ਨੇ, ਅਤੇ ਕਿੱਥੇ ਤੱਕ, ਮਤਲਬ 9 ਤਵੀਆਂ ਤੋਂ ਸਟਾਰਟ ਸੁਣਿਆ ਮੈਂ ਤੁਹਾਡੇ ਕੋਲ ਹੁੰਦਾ, ਅਤੇ ਕਿੱਥੇ ਤੱਕ ਜਾਂਦਾ? ਆਪਾਂ ਤਵੀਆਂ ਦੇ ਕੋਲ ਹੀ ਚੱਲਦੇ ਹਾਂ, ਸਾਰੀ ਗੱਲਬਾਤ ਤਵੀਆਂ ਦੇ ਕੋਲ ਚੱਲ ਕੇ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਵੀਰ ਨੂੰ ਕਹੂੰਗਾ ਲਾਈਟ ਦਿਖਾਉਣ ਲਈ। ਇਹ ਲਾਈਟ ਦੇਖ ਸਕਦੇ ਹੋ, ਇਹ ਰਿੰਗ ਲਾਈਟ, ਉਹ ਰਿੰਗ ਲਾਈਟ ਹੈ ਜਿੱਥੋਂ ਮੇਰੀ ਭੈਣ ਨੇ ਰੀਲਸ ਬਣਾਉਣੀਆਂ ਇੰਸਟਾਗ੍ਰਾਮ 'ਤੇ ਸਟਾਰਟ ਕੀਤੀਆਂ, ਅਤੇ ਅੱਜ ਇਹੀ ਲਾਈਟ ਤੋਂ ਕੰਮ ਦੀਆਂ ਰੀਲਸ ਬਣ ਰਹੀਆਂ ਨੇ, ਇੰਟਰਵਿਊ ਹੋ ਰਹੇ ਨੇ, ਇਹੀ ਕੰਮ ਦੀਆਂ ਰੀਲਸ ਬਣ ਰਹੀਆਂ ਨੇ ਇੱਥੋਂ। ਹਾਂਜੀ ਹਾਂਜੀ, ਬਿਲਕੁਲ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਤੁਹਾਨੂੰ ਥੋੜ੍ਹੀ ਜਿਹੀ ਤਵੀਆਂ ਬਾਰੇ ਨੌਲੇਜ ਦਿਓ, ਕਿ ਕਿੰਨੀ ਤਵੀਆਂ ਤੋਂ ਲੈ ਕੇ ਕਿੱਥੇ ਤੱਕ ਤੁਸੀਂ ਬਣਾਉਂਦੇ ਹੋ? ਜੀ, ਅਸੀਂ 9 ਤੋਂ ਸਟਾਰਟ ਕਰਦੇ ਹਾਂ, 9 ਤਵੀਆਂ ਤੋਂ, 9x9 ਮਤਲਬ 18 ਤੋਂ ਸਟਾਰਟ ਕਰਦੇ ਹਾਂ, ਅਤੇ ਇਹ 36 ਤੱਕ ਜਾਂਦੀਆਂ ਨੇ। 36 ਤੱਕ ਜਾਂਦੀਆਂ ਨੇ, ਸਾਰਾ ਇਨ ਸਟਾਕ ਹੁੰਦਾ ਆਪਣੇ ਕੋਲ ਜਾਂ ਆਰਡਰ 'ਤੇ ਤਵੀਆਂ ਬਣਦੀਆਂ ਨੇ? ਆਰਡਰ 'ਤੇ ਹੀ ਬਣਦੀਆਂ ਨੇ, ਪਹਿਲਾਂ ਆਰਡਰ ਕਰਨੀਆਂ ਪੈਂਦੀਆਂ ਨੇ, ਫਿਰ ਬਣਾ ਕੇ ਦਿੰਦੇ। ਜੇ ਕਿਸੇ ਨੂੰ ਐਮਰਜੈਂਸੀ ਇਮੀਡੀਏਟ ਚਾਹੀਦੀ ਹੋਵੇ ਤਾਂ ਕੁਛ ਰੈਡੀ ਸਟਾਕ ਆਪਣੇ ਕੋਲ ਮਿਲ ਜਾਏਗਾ?
ਜਿਆਦਾ ਨਹੀਂ ਮਤਲਬ ਥੋੜੀ ਹੁਣ ਕੀ ਪਤਾ ਕਸਟਮਰ ਨੇ ਕਿਵੇਂ ਦੀਆਂ ਲੈਣੀਆਂ ਨੇ ਉਹਨਾਂ ਦੇ ਕੰਮ ਦੇ ਹਿਸਾਬ ਨਾਲ ਜੋ ਤਾਂ ਇਹਨਾਂ ਕੋਲ ਮੈਂ ਕਾਫੀ ਸਟਾਕ ਦੇਖਿਆ ਵੀ ਹੈ ਗਡਾਊਨ 'ਚ ਇਸ ਟਾਈਮ ਮੈਂ ਤੁਹਾਨੂੰ ਗਡਾਊਨ 'ਚ ਨਹੀਂ ਲਿਜਾ ਪਾਊਂਗਾ ਇਹ ਤੁਹਾਨੂੰ ਮੈਂ 12 ਰੁਪਿਆ ਸਟਾਕ ਦਿਖਾਉਣਾ ਕਿ ਕਾਫੀ ਸਟਾਕ ਕਾਫੀ ਹੱਦ ਤੱਕ ਸਟਾਕ ਇੱਥੇ ਰੈਡੀ ਹੋਏਗਾ ਬਟ ਤੁਸੀਂ ਜੇ ਆਰਡਰ 'ਤੇ ਆਪਣੇ ਹਿਸਾਬ ਨਾਲ ਕੁਛ ਬਣਵਾਉਣਾ ਚਾਹੁੰਦੇ ਹੋ ਤਾਂ ਸੇਮ ਟੂ ਸੇਮ ਜੋ ਤੁਹਾਡੀ ਡਿਮਾਂਡ ਆ ਉਹ ਬਣ ਜਾਏਗਾ ਹਾਂਜੀ ਹਾਂਜੀ ਜਿੱਦਾਂ ਦਾ ਕਸਟਮਰ ਕਹੂਗਾ ਜਿਵੇਂ ਦੀਆਂ ਕਹੂਗੀਆਂ ਜਿੱਦਾਂ ਦਾ ਸਮਾਨ ਹਿੱਸਾ ਲਗਾਉਣਾ ਵਾ ਜੋ ਕੁਛ ਵੀ ਆ ਉਹ ਕਸਟਮਰ 'ਤੇ ਡਿਪੈਂਡ ਆ ਵੀ ਉਹਨੇ ਕਿੱਦਾਂ ਦੀਆਂ ਚਾਹੀਦੀਆਂ ਨੇ 10 ਨੰਬਰ ਹਾਬਾ 9 ਨੰਬਰ ਦਾ ਇਹਦੇ ਵਿੱਚ ਬੈਰਿੰਗ ਪੈਂਦਾ ਆ ਨਾਲ ਆ ਗਰੀਸ ਪੈਪ ਲੱਗਾ ਹੋਇਆ ਆ ਵੀ ਕਸਟਮਰ ਨੂੰ ਔਖਾ ਨਾ ਹੋਵੇ ਇਹਨੂੰ ਗਰੀਸ ਕਰਨੀ ਅਤੇ ਆਹ ਸਾਡੇ ਕੋਰਨਰ ਅਸੀਂ ਕੱਟ ਕੇ ਫਰੇਮ ਬਣਾਉਂਦੇ ਹਾਂ ਦੋਨੋਂ ਸਾਈਡਾਂ ਦੇ ਕੋਰਨਰ ਕੱਟੇ ਹੁੰਦੇ ਆ ਅਤੇ ਫਰੇਮ 'ਚ ਦੋਨੋਂ ਸਾਈਡਾਂ 'ਤੇ ਜਿੱਧਰ ਪਿੰਨ ਪੈਂਦੀ ਇੱਧਰ ਅਸੀਂ ਬੁਸ਼ ਲਗਾਉਂਦੇ ਹਾਂ ਕੋਈ ਇੱਦਾਂ ਜਿਗਾੜ ਨਹੀਂ ਅਸੀਂ ਕੀਤਾ ਹੈਗਾ ਪੂਰਾ ਪੱਕਾ ਜਿਗਾੜ ਕੀਤਾ ਹੋਇਆ ਆ ਪੂਰੇ ਹੈਵੀ ਡਿਊਟੀ 'ਚ ਤੁਹਾਨੂੰ ਸੈੱਟ ਮਿਲਣਗੇ ਮੈਂ ਇੱਕ ਛੋਟੀ ਜਿਹੀ ਆ ਦੇਖ ਰਿਹਾ ਤੁਸੀਂ ਉੱਪਰ ਸਪੇਸ ਛੱਡੀ ਹੈ ਜਿੱਥੇ ਕਿ ਵਜ਼ਨ ਰੱਖ ਕੇ ਵੀ ਆਪਾਂ ਜੇ ਮਿੱਟੀ ਕੋਈ ਆਪਣਾ ਪੱਕੀ ਹੈ ਜਾਂ ਥੋੜ੍ਹਾ ਭਾਰ ਦੀ ਲੋੜ ਹੈ ਤਾਂ ਇਹ ਸਪੇਸ ਤੁਸੀਂ ਉਹਦੇ ਕਰਕੇ ਰੱਖੀ ਹੈ ਹਾਂਜੀ ਇੱਥੇ ਤੁਸੀਂ ਆਪਾਂ ਮਿੱਟੀ ਵਾਲੇ ਬੋਰੇ ਜਿਹੜੇ ਇਹਨਾਂ 'ਤੇ ਰੱਖ ਸਕਦੇ ਹਾਂ ਦੋਨੋਂ ਪਾਸੇ ਮੰਜੀਆਂ ਲੱਗੀਆਂ ਹੋਈਆਂ ਹੁੰਦੀਆਂ ਆ ਓਕੇ ਅਤੇ ਇਹ 9 ਤੋਂ ਲੈ ਕੇ 36 ਤਵੀਆਂ ਤੱਕ ਹਾਂਜੀ 9 ਤੋਂ ਲੈ ਕੇ 36 ਤਵੀਆਂ ਤੱਕ 9 ਤਵੀਆਂ ਤੁਹਾਨੂੰ ਪਤਾ ਹੀ ਹੈ ਕਿ ਉਸ ਟਰੈਕਟਰਾਂ ਨੂੰ ਕੰਮ ਆਉਂਦੀਆਂ ਨੇ 9 ਤੋਂ ਬਾਅਦ ਪਿੱਛੇ 20 ਦਾ ਸੈੱਟ ਵੀ ਪਿਆ ਮੈਂ ਉਹ ਵੀ ਤੁਹਾਨੂੰ ਦਿਖਾਉਣਾ ਚਾਹੁੰਦਾ ਥੋੜ੍ਹੀ ਜਿਹੀ ਲਾਈਟ ਦੀ ਪਿੱਛੇ ਪ੍ਰੋਬਲਮ ਹੈ ਤੁਹਾਨੂੰ ਪ੍ਰੋਪਰ ਲਾਈਟ ਨਹੀਂ ਆ ਪਾਊਗੀ ਬਟ ਤੁਸੀਂ 9 ਤੋਂ 9 18 ਮਤਲਬ 10x10 20 ਤਵੀਆਂ ਦਾ ਸੈੱਟ ਇੱਥੇ ਪਿਆ ਵਾ 36 ਤੱਕ ਇੱਥੇ ਰੈਡੀ ਹੋ ਜਾਂਦਾ 9 ਤਵੀਆਂ ਤਾਂ ਉਸ ਟਰੈਕਟਰ ਨੂੰ ਕੰਮ ਆਉਂਦੀਆਂ ਜਿਹੜਾ ਮਤਲਬ ਪਾਵਰ ਘੱਟ ਹੁੰਦੀ ਹੈ ਹਾਂਜੀ ਸਾਡਾ ਯੂਟਿਊਬ ਚੈਨਲ ਵੀ ਆ ਭਗਵਾਨ ਸਿੰਘ ਧੰਜਲ ਐਗਰੀਕਲਚਰ ਦੇ ਨਾਮ ਤੇ ਇੱਕ ਮਿੰਟ ਦੀਦੀ ਥੋੜਾ ਜਿਹਾ ਮਾਈਕ 'ਚ ਪਲੀਜ਼ ਹਾਂਜੀ ਸਾਡਾ ਯੂਟਿਊਬ ਚੈਨਲ ਵੀ ਆ ਭਗਵਾਨ ਸਿੰਘ ਧੰਜਲ ਦੇ ਨਾਮ ਤੇ ਤੁਸੀਂ ਉਹਦੇ ਤੇ ਜੋ ਅਸੀਂ ਬਣਾਉਂਦੇ ਆ ਜਿਵੇਂ ਵੀ ਜੋ A to Z ਤੁਹਾਨੂੰ ਤਵੀਆਂ ਦੀ ਨੌਲੇਜ ਜੋ ਵੀ ਚਾਹੀਦੀ ਤੁਹਾਨੂੰ ਉਹਦੇ ਵਿੱਚ ਮਿਲ ਜਾਊਗੀ ਤੁਸੀਂ ਉਹ ਸਰਚ ਕਰ ਲਿਓ ਜੇ ਡਿਟੇਲ ਦੇ ਵਿੱਚ ਕੰਮ ਦੇਖਣਾ ਵਾ ਸਾਡਾ ਜ਼ਰੂਰ ਜਾ ਕੇ ਫੋਲੋ ਕਰਿਓ ਸਾਰੇ ਭਰਾ ਅਤੇ ਇਹ ਕੰਮ ਜਿਹੜਾ ਨਾ ਅਲਟੀਮੇਟ ਹੈ ਮਤਲਬ ਕਿਉਂਕਿ ਇੱਕ ਫੈਮਿਲੀ ਮਿਲ ਕੇ ਕੰਮ ਚਲਾਉਂਦੀ ਹੈ ਅੰਕਲ ਦਾ ਤਜਰਬਾ ਅਤੇ ਯੰਗ ਜਨਰੇਸ਼ਨ ਦਾ ਜੋਸ਼ ਦੋਨੋਂ ਮਿਲ ਕੇ ਆ ਕੰਮ ਨੂੰ ਕੀਤਾ ਜਾਂਦਾ ਅਤੇ ਮਜ਼ੇਦਾਰ ਕੰਮ ਹੁੰਦਾ ਇਹਦੇ 'ਚ ਕੋਈ ਵੀ ਕੁਆਲਿਟੀ ਨਾਲ ਤੁਹਾਨੂੰ ਕੰਪਰੋਮਾਈਜ਼ ਨਹੀਂ ਕੀਤਾ ਜਾਏਗਾ ਇਹਨਾਂ ਦੀ ਕੋਈ ਗਰੰਟੀ ਵੀ ਹੁੰਦੀ ਹੈ ਹਾਂਜੀ ਪੂਰੀ ਗਰੰਟੀ ਆ ਜਿੰਨਾ ਟਾਈਮ ਅਸੀਂ ਹੈਗੇ ਆ ਤਾਂ ਗਰੰਟੀ ਆ ਕੀ ਬਾਤ ਹੈ ਮਤਲਬ ਲਾਈਫ ਟਾਈਮ ਗਰੰਟੀ ਕਹਿ ਸਕਦੇ ਹਾਂ ਆਪਾਂ ਇਹਨੂੰ ਤੇ ਦੇਖੋ ਜੀ ਜਿਹੜੇ 20 ਸਾਲ ਬਾਅਦ ਸਾਨੂੰ ਵਾਪਸ ਕਰ ਜਿਓ ਤਵੀਆਂ ਅਸੀਂ ਆਪਣੀਆਂ ਤਵੀਆਂ ਰੱਖ ਲਾਂਗੇ ਜਿੰਨੀ ਮਰਜ਼ੀ ਕਸਾਂਗੇ ਜੀ ਬਿਲਕੁਲ ਠੀਕ ਗੱਲ ਹੈ ਅੰਕਲ ਜੀ ਵਜਨ ਆ ਗੱਲ 'ਚ ਹਾਂਜੀ ਹਾਂਜੀ ਬਿਲਕੁਲ ਗਰੰਟੀ ਆ ਹਾਂਜੀ ਜਿੰਨੇ ਚਿਰ ਜੀਂਦੇ ਆ ਗਰੰਟੀ ਆ ਜਿਹੜਾ ਮਰਜ਼ੀ ਆ ਲਓ ਜੀ ਇਹ ਹੁੰਦਾ ਹੱਥੀ ਕੰਮ ਕੀਤੇ ਦੇ ਕੰਮ ਦਾ ਪਤਾ ਕਿ ਕੰਮ ਵਧੀਆ ਕੀਤਾ ਤੇ ਯਾਰ ਮੈਨੂੰ ਤਾਂ ਬਹੁਤ ਵਧੀਆ ਲੱਗਾ ਅੰਕਲ ਸੀਰੀਅਸਲੀ ਮਜ਼ਾ ਆ ਗਿਆ ਅੱਜ ਦਿਲ ਖੁਸ਼ ਹੋ ਗਿਆ ਜਿੱਥੇ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਪਲੀਜ਼ ਪਤਾ ਇਹ ਤਾਂ ਇਦਾਂ ਹੁੰਦਾ ਵੀ ਚਲੋ ਮੈਂ ਵੀਡੀਓ ਦੇ ਵਿੱਚ ਆਉਣ ਨਾ ਨਹਿੰਦੇ ਅਸੀਂ ਤਾਂ ਵੈਸੇ ਪਹਿਲਾਂ ਦੇ ਕੰਮ ਨਹੀਂ ਨਹੀਂ ਉਹ ਮੈਨੂੰ ਪਤਾ ਜੀ ਇਹ ਕੰਮ ਨਹੀਂ ਹੈ ਕਿ ਵੀਡੀਓ 'ਚ ਵੀਡੀਓ ਕਰਨ ਵਾਸਤੇ ਅਸੀਂ ਇੱਦਾਂ ਦੇ ਸੈਟਅਪ 'ਚ ਹੈ ਭੈਣਾਂ ਸਾਡੀਆਂ ਇੱਦਾਂ ਦਾ ਕੋਈ ਕੰਮ ਨਹੀਂ ਹੈ ਤੁਸੀਂ ਐਨੀ ਟਾਈਮ ਇੱਥੇ ਆ ਸਕਦੇ ਹੋ ਪੜ੍ਹਦੇ ਵੀ ਹੋ ਤੁਸੀਂ ਹਾਂਜੀ ਮੈਂ ਗ੍ਰੈਜੂਏਸ਼ਨ ਕਰਦੀ ਹਾਂ ਹਾਂ ਸਟੱਡੀ ਟਾਈਮ 'ਤੇ ਹੋ ਸਕਦਾ ਕਿ ਤੁਹਾਨੂੰ ਇੱਥੇ ਸ਼ੋਪ 'ਤੇ ਨਾ ਮਿਲਣ ਬਟ ਆਫਟਰ ਸਟੱਡੀ ਟਾਈਮ ਆਫਟਰ ਸਕੂਲਿੰਗ ਆਫਟਰ ਕਾਲਜ ਤੁਹਾਨੂੰ ਇੱਥੇ ਮਿਲਣਗੇ ਹਾਂਜੀ ਤੁਸੀਂ ਫੁੱਲ ਟਾਈਮ ਮੈਂ ਫੁੱਲ ਟਾਈਮ ਇੱਥੇ ਇਹਨਾਂ ਦੀਆਂ ਰੀਲਾਂ ਫੁੱਲ ਟਾਈਮ ਚੱਲ ਰਹੀਆਂ ਫੁੱਲ ਟਾਈਮ ਇੱਥੇ ਹੀ ਆ ਤੇ ਤੁਸੀਂ ਇੰਸਟਾਗ੍ਰam ਤੇ ਜ਼ਰੂਰ ਫੋਲੋ ਕਰਿਓ ਕਿਉਂਕਿ ਡਰਾਸ ਚੱਲਦੇ ਰਹਿੰਦੇ ਨੇ ਕੰਟੈਸਟ ਚੱਲਦੇ ਰਹਿੰਦੇ ਨੇ ਤੁਸੀਂ ਜ਼ਰੂਰ ਜਾ ਕੇ ਫੋਲੋ ਕਰਿਓ ਪਾਉਂਦੀਆਂ ਮੈਂ ਤਵੀਆਂ ਦੇ ਜਿੰਦਰਿਆਂ ਦੇ ਸੋ ਜਿਹੜੇ ਜਿਨ੍ਹਾਂ ਨੇ ਡਰਾ ਦੇ ਵਿੱਚ ਪਾਰਟਿਸਿਪੇਟ ਕਰਨਾ ਹੁੰਦਾ ਆ ਉਹ ਮੇਰਾ ਅਕਾਊਂਟ ਆ ਇੰਸਟਾਗ੍ਰam ਅਕਾਊਂਟ ਬ੍ਰਾਊਨ ਕੁੜੀ 1 ਸੋ ਤੁਸੀਂ ਉਹਦੀਆਂ ਸਟੋਰੀਜ਼ ਵੀ ਚੈੱਕ ਕਰ ਸਕਦੇ ਹੋ ਹਾਂਜੀ ਬਿਲਕੁਲ ਫੋਲੋ ਕਰਿਓ ਅਤੇ ਸਾਡਾ ਇੰਸਟਾਗ੍ਰam ਆਈ ਡੀ ਵੀ ਤੁਹਾਨੂੰ ਪਤਾ ਮੋਡੀਫਾਈਡ ਅੰਡਰਸਕੋਰ ਕਲੱਬ 2020 ਉੱਥੇ ਵੀ ਜਾ ਕੇ ਜ਼ਰੂਰ ਫੋਲੋ ਕਰਿਓ ਪਿਆਰ ਦਿਓ ਯਾਰ ਪਿਆਰ ਦੇ ਰਿਹਾ ਬਹੁਤ ਵਧੀਆ ਲੱਗ ਰਿਹਾ ਇੱਦਾਂ ਹੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਕਿ ਨਹੀਂ ਬਿਲਕੁਲ ਜੀ ਬਿਲਕੁਲ ਕਰਨਾ ਚਾਹੀਦਾ ਕਿ ਨਹੀਂ ਹਾਂਜੀ 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 ਕਰਨਾ ਚਾਹੀਦਾ ਆ ਅਤੇ ਕਰ ਦਿਓ ਯਾਰ ਇਹੀ ਤੁਹਾਡੇ ਪਿਆਰ ਦੀ ਲੋੜ ਹੈ ਪਿਆਰ ਦੀ ਭੁੱਖ ਬਹੁਤ ਜ਼ਿਆਦਾ ਸਾਡੀ ਇੱਦਾਂ ਹੀ ਨੈਕਸਟ ਐਪੀਸੋਡਸ ਨੈਕਸਟ ਵੀਡੀਓਜ਼ ਚਲਦੀਆਂ ਜਾਣੀਆਂ ਨੇ ਬਹੁਤ ਵਧੀਆ ਟਰੈਕਟਰਸ ਤੁਹਾਡੇ ਲਈ ਆ ਰਹੇ ਨੇ ਗੱਡੀਆਂ ਤੁਹਾਡੇ ਲਈ ਆ ਰਹੀਆਂ ਨੇ ਕਿਉਂਕਿ ਇਹ ਸਾਰੀ ਮੈਨੂੰ ਚੱਲ ਰਹੀ ਹੈ ਤੁਹਾਡੇ ਕਰਕੇ ਪਿਆਰ ਦਿਓ ਅਤੇ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ ਟੇਕ ਕੇਅਰ ਗੁੱਡ ਬਾਏ ਕੱਲ੍ਹ ਫਿਰ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ